ਅੱਜ ਦੀ ਜਿਹੜੀ ਮੀਟਿੰਗ ਹੋਈ ਆ ਇਹ 9 ਮਿੰਟਸ ਦੇ ਜਿਹੜਾ ਲੋਨ MSME ਨੂੰ ਦੇਣਾ ਸੀਗਾ ਪ੍ਰਧਾਨ ਮੰਤਰੀ ਦੀ ਯੋਜਨਾ ਦੇ ਅੰਡਰ, ਉਹਦੇ ਬਾਰੇ ਅੱਜ ਅਸੀਂ ਸੈਮੀਨਾਰ ਕੀਤਾ ਆ, ਜਿਹਦੇ ਵਿੱਚ ਸਾਡੇ ਕੋਲ ਇੱਥੇ ਲੀਡ ਬੈਂਕ ਪੰਜਾਬ ਐਂਡ ਸਿੰਧ ਬੈਂਕ ਅਤੇ ਹੋਰ ਜਿਹੜੇ GST ਦੇ ਡਿਪਾਰਟਮੈਂਟ ਤੋਂ, ਇਨਕਮ ਟੈਕਸ ਤੋਂ, ਅਤੇ ਸਾਡੇ 'ਚ ਸਰਦਾਰ ਮਹਿੰਦਰ ਸਿੰਘ ਜੀ ਢਿੱਲੋਂ DGFT ਜਿਹੜੇ ਕਿ ਲੁਧਿਆਣੇ ਦੇ ਨੇ, ਇਹ ਵੀ ਅੱਜ ਆਏ ਨੇ ਇੱਥੇ, ਔਰ ਬੜਾ ਅੱਛਾ ਲੱਗਿਆ ਸਾਰਾ ਕੁਛ ਇਹਨਾਂ ਦਾ ਸੁਣ ਕੇ। ਔਰ ਇੰਡਸਟਰੀ ਨੂੰ ਕੁਛ ਦੇਣਾ ਚਾਹੁੰਦੀ ਆ, ਔਰ ਜਿਹੜੀ ਛੋਟੀ ਇੰਡਸਟਰੀ ਆ ਜਿਹੜੇ ਕਿ ਬਾਰੇ ਉਹ ਜਿਹਨਾਂ ਨੂੰ ਪਤਾ ਹੀ ਨਹੀਂ ਇਹ ਚੀਜ਼ਾਂ ਦਾ, ਜਿਹੜੀਆਂ ਸਕੀਮਾਂ ਆ ਰਹੀਆਂ ਨੇ ਉਹਦੇ ਬਾਰੇ ਅੱਜ ਅਸੀਂ ਅਵੇਅਰਨੈਸ ਕੈਂਪ ਵੀ ਇਹ ਕਿਸਮ ਦਾ ਲਗਾਇਆ ਆ, ਔਰ ਸਾਰੇ ਇਹਦਾ ਫਾਇਦਾ ਉਠਾਉਣਗੇ। ਔਰ ਮੈਨੂੰ ਉਮੀਦ ਆ ਕਿ ਛੋਟੀ ਇੰਡਸਟਰੀ ਸਾਡੀ ਹੋਰ ਇੱਥੇ ਵਧੂਗੀ, ਚੱਲੂਗੀ ਪੰਜਾਬ 'ਚ, ਔਰ ਅਸੀਂ ਤਰੱਕੀ ਦੇ ਰਾਹ 'ਤੇ ਫਿਰ ਪੰਜਾਬ ਨੂੰ ਲਿਆਵਾਂਗੇ। ਔਰ ਜੋ ਇਹ ਸਕੀਮਾਂ ਆ ਰਹੀਆਂ ਨੇ ਗੌਰਮੈਂਟ ਦੀਆਂ ਬਹੁਤ ਅੱਛੀਆਂ ਨੇ, ਔਰ ਸਾਰੇ ਫਾਇਦਾ ਲੈਣਗੇ। ਤਾਂ ਸਰ ਇਹ ਸੈਂਟਰ ਗੌਰਮੈਂਟ ਦੀਆਂ ਸਕੀਮਾਂ ਪੰਜਾਬ ਗੌਰਮੈਂਟ ਨੇ ਜਿਹੜੀਆਂ ਸਕੀਮਾਂ ਦਿੱਤੀਆਂ ਉਸ ਤੋਂ ਤੁਸੀਂ ਸੰਤੁਸ਼ਟ ਹੋ? ਪੰਜਾਬ ਗੌਰਮੈਂਟ ਦੀ ਜਿਹੜੀਆਂ ਸਕੀਮਾਂ ਹੈਗੀਆਂ ਉਹ ਸਟੇਟ ਲੈਵਲ ਦੀਆਂ ਨੇ, ਇਹ ਸੈਂਟਰ ਲੈਵਲ ਦੀਆਂ ਨੇ, ਔਰ ਇਹ ਜਿਹੜਾ ਬੈਂਕਿੰਗ ਦਾ ਆ ਸਾਨੂੰ ਪ੍ਰੋਬਲਮ ਆਉਂਦੀ ਛੋਟੀ ਇੰਡਸਟਰੀ ਨੂੰ ਜਿਹੜੀ ਕਿ, ਉਹਦੇ ਵਿੱਚ ਸਾਰੇ ਦੱਸਿਆ ਗਿਆ ਵੀ ਕਿਵੇਂ ਅਸੀਂ ਲੋਨ ਲੈਣਾ ਹੈ, ਕਿਵੇਂ ਮਿਲਣਾ ਹੈ। ਪਰ ਸਰ ਇੰਡਸਟਰੀ ਨੂੰ ਗੱਲ ਕੀਤੀ ਜਾਵੇ, ਬਿਜਲੀ ਦੀਆਂ ਦਰਾਂ ਦੇ ਕੀਮਤਾਂ ਦੇ ਵਿੱਚ ਕਾਫੀ ਵਾਧਾ ਹੋਇਆ ਸੀ, ਉਸ ਨੂੰ ਲੈ ਕੇ ਇੰਡਸਟਰੀ ਕਾਫੀ ਜਿਹੜੇ ਟੈਕਸ ਰਿਬੇਟ ਦੇ ਲਈ ਜਦੋਜਹਿਦ ਕਰ ਰਹੀ ਸੀ, ਉਹ ਮਿਲ ਪਾਇਆ ਹੁਣ ਤੱਕ? ਉਹ ਵੀ ਕੋਈ ਵਿਸ਼ਾ ਦੀ ਗੱਲ ਹੋਈ? ਉਹ ਬਿਜਲੀ ਦੇ ਬਾਰੇ ਤੁਸੀਂ ਪੁੱਛਿਆ, ਉਹਦੇ ਬਾਰੇ ਸਾਡਾ ਹੁਣ ਇੱਥੇ CM ਸਾਹਿਬ ਸਾਡੇ ਆਏ ਸੀਗੇ ਅਤੇ ਉਹਨਾਂ ਨਾਲ ਮੇਰੀ ਸਾਡੀ ਮੀਟਿੰਗ ਹੋਈ ਸੀਗੀ, ਔਰ ਅਸੀਂ 10 ਕੁ ਦਿਨ ਹੋਏ ਆ, ਸਾਨੂੰ ਉੱਥੋਂ ਜਵਾਬ ਆਇਆ CM ਆਫਿਸ ਤੋਂ ਵੀ ਅਸੀਂ ਤੁਹਾਡੀ ਮੀਟਿੰਗ ਕਰਾ ਰਹੇ ਹਾਂ, ਖਾਸ ਕਰਕੇ ਬਿਜਲੀ ਬਾਰੇ ਹੀ ਸਾਡੀ ਉਹ ਮੀਟਿੰਗ ਹੋਈ ਹੈ। ਮੈਂ ਉਹਨਾਂ ਨੂੰ ਦੱਸਿਆ ਵੀ ਸਾਡੀ ਛੋਟੀ ਇੰਡਸਟਰੀ ਜਿਹਦੀ ਕੰਜਮਸ਼ਨ ਨਹੀਂ ਹੈਗੀ ਉਹ ਬੜੀ ਸਫ਼ਰ ਕਰ ਰਹੀ ਹੈ, ਉਹਨਾਂ ਨੂੰ 14-14 ਰੁਪਏ ਯੂਨਿਟ ਬਿਜਲੀ ਪੈ ਰਹੀ ਆ, ਔਰ ਕੁਛ ਸਾਡੇ ਅਦਾਰੇ ਹੈਗੇ ਜਿਹੜੇ ਕਿ ਅੱਛੇ ਚੱਲ ਰਹੇ ਆ, ਅਸੀਂ ਉਹਨਾਂ ਦੇ ਠੀਕ ਆ, ਉਹ ਵੀ ਅੱਛੇ ਆ ਔਰ ਚੱਲ ਰਹੇ ਆ ਉਹਨਾਂ ਦਾ ਵੀ, ਪਰ ਅਸੀਂ ਕਹਿੰਦੇ ਵੀ ਜਿਹੜਾ ਸਾਡਾ MS ਦੇ ਛੋਟੇ ਯੂਨਿਟ ਨੇ ਉਹ ਸੈਕਟਰ ਨੂੰ ਵੀ ਥੋੜ੍ਹਾ ਜਿਹਾ ਬੈਨੀਫਿਟ ਗੌਰਮੈਂਟ ਦਾ ਮਿਲਿਆ ਜਾਵੇ। ਉਹਦੇ ਬਾਰੇ CM ਸਾਹਿਬ ਦਾ ਰਵੱਈਆ ਬਹੁਤ ਅੱਛਾ ਸੀਗਾ, ਔਰ ਉਹਨਾਂ ਨੇ ਸਾਡੀ ਮੀਟਿੰਗ ਬੁਲਾਈ ਆ, ਔਰ ਉਮੀਦ ਆ ਕਿ ਅਸੀਂ ਉਹਦੇ 'ਚ ਮਸਲਾ ਉਹ ਹੱਲ ਕਰ ਲਾਂਗੇ। ਹਾਂਜੀ, ਉਹ ਇੱਕ ਅਸੀਂ ਵੈਟ ਦਾ ਉਹਨਾਂ ਨੂੰ ਕਿਹਾ ਸੀ, ਵੈਟ ਦਾ ਉਹਨਾਂ ਦੇ ਪੈਸੇ ਆ ਗਏ ਤਾਂ ਕੁਛ ਨਾ ਕੁਛ ਸਾਨੂੰ ਐਕਤੀ ਵੈਟ ਮਿਲ ਗਿਆ ਉਹਨਾਂ ਦੇ ਕਹੇ 'ਤੇ। ਅਤੇ ਹਾਂਜੀ, ਇਹ ਬੜਾ ਅੱਛਾ ਉਪਰਾਲਾ ਹੈ ਭਾਰਤ ਸਰਕਾਰ ਦਾ, ਜਿਹਦੇ ਰਾਹੀਂ MSME ਸੈਕਟਰ ਨੂੰ ਬੜਾ ਅੱਛਾ ਪ੍ਰੋਤਸਾਹਨ ਮਿਲੇਗਾ, ਔਰ ਇਹ ਅਸੀਂ 100 ਪ੍ਰੋਗਰਾਮ ਹੋਣੇ ਆ, ਔਰ ਇਹ ਜਗ੍ਹਾ ਜਗ੍ਹਾ 'ਤੇ ਪ੍ਰੋਗਰਾਮ ਆਪਾਂ ਕਰ ਰਹੇ ਹਾਂ, ਜਿਹਦੇ ਨਾਲ ਹਰ ਡਿਪਾਰਟਮੈਂਟ ਆਪਣਾ ਆਪਣਾ ਜੋ ਉਹਦਾ ਸਕੀਮਸ ਹੈਗੀਆਂ ਨੇ ਉਹ MSME ਸੈਕਟਰ ਨੂੰ ਅਵੇਅਰ ਕਰਾ ਰਿਹਾ, ਔਰ ਇਹ ਅਵੇਅਰਨੈਸ ਦੇ ਨਾਲ MSME ਸੈਕਟਰ ਨੂੰ ਬੜਾ ਅੱਛਾ ਪ੍ਰੋਤਸਾਹਨ ਮਿਲੇਗਾ। ਔਰ ਆਪਾਂ ਆਸ਼ਾ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਲੁਧਿਆਣੇ ਦੇ MSME ਦੇ ਜਿਹੜੇ ਹੈਗੇ MSME ਸੈਕਟਰ ਹੈਗਾ ਉਹ ਇਹਦਾ ਫਾਇਦਾ ਉਠਾਏਗਾ, ਔਰ ਇਹ ਅੱਛਾ ਇਹਦਾ ਰਿਜ਼ਲਟ ਨਿਕਲੇਗਾ। ਸਰ ਮੇਨ ਜੇਕਰ ਗੱਲ ਕੀਤੀ ਜਾਵੇ MSME ਤੋਂ ਇਲਾਵਾ GST ਦੇ ਵਿੱਚ ਕਈ ਦਿੱਕਤਾਂ ਆ ਰਹੀਆਂ? ਹਾਂ, ਇਹ ਜਿਹੜਾ ਆਪਾਂ ਮੀਟਿੰਗਸ ਕਰਦੇ ਹਾਂ ਇਹਦੇ ਵਿੱਚ ਹਰ ਸੈਕਟਰ ਦੇ ਇਹਦੇ ਵਿੱਚ ਅਫਸਰ ਸਾਹਿਬਾਨ ਆ ਰਹੇ ਆ, ਔਰ ਉਹ GST ਸੈਕਟਰ ਹੋਏ, ਚਾਹੇ GST ਦੀਆਂ ਮੁਸ਼ਕਲਾਵਾਂ ਨੇ, ਚਾਹੇ ਕੋਈ ਹੋਰ ਕਿਸੇ ਗਵਰਨਮੈਂਟ ਅਦਾਰੇ ਦੀ ਮੁਸ਼ਕਲਾਵਾਂ ਨੇ, ਉਹ ਸਾਰਿਆਂ ਦਾ ਡਿਸਕਸ਼ਨ ਹੋ ਰਿਹਾ ਹੈ, ਔਰ ਸਾਰਿਆਂ ਦਾ ਜੋ ਵੀ ਹੱਲ ਨਿਕਲ ਰਿਹਾ ਉਹ ਦੱਸਿਆ ਜਾ ਰਿਹਾ।